मुर्दाबाद, खेती बाड़ी मंत्री मुर्दाबाद, पंजाब सरकार मुर्दाबाद, पंजाब सरकार मुर्दाबाद, मुर्दाबाद मुर्दाबाद, खेती बाड़ी मंत्री मुर्दाबाद, मुर्दाबाद मुर्दाबाद, मुर्दाबाद, पंजाब सरकार मुर्दाबाद, मंत्री मुर्दाबाद, खेती बाड़ी मंत्री मुर्दाबाद, पंजाब सरकार मुर्दाबाद, पंजाब सरकार मुर्दाबाद, हो गया चटनौर मंत्री मुर्दाबाद, हो गया चटनौर मंत्री मुर्दाबाद, पंजाब सरकार मुर्दाबाद, पंजाब सरकार मुर्दाबाद, पंजाब सरकार कंट्रोल की गल कर लो कदी फा जाता है। सो कल जो मैं वो वर्तारा वेख्या इन्ना कि ज्यादा हुई है सरकारी डिग जाए कोई गल नहीं पर डिग के उठ जाना जोड़ा आ वो बड़ी वही गल है जो मेरे निजी विचार आ रणनीति बना ली और भुपिंदर जी साढ़े दो खेतीबाड़ी अफसर जेने संगरूर और पटियाला तो असी उन्होंने खड़े हाँ इतने कल किया सस्पेंड किया असी पुरजोर निखेधी करते हैं और असी सरकार को अपील करते हैं कि साढ़े जेडे चारे होनहार अफसर आ उन्होंने तुरंत बहाल करे क्योंकि जे पराली प्रबंधन की गल करिए साडे को डेटे हैगे आ साडे को खबर हैगियाँ कि जेडे साडे अफसर ने काम किया आ। सो एक बार फिर आप सारे एक मंच से लामबंद होइए और असी सरकार नू ये दोबारा पुरजोर अपील करते हैं कि साडे अफसर नू तुरंत बहाल किया जाए। सो इनियां कु बेनतियां जिहड़ियां प्रवान करियो और एक मंच से इकट्ठे हो के जिहड़ी साडे अफसर की मुअत्तली की गई आ ਇਹ ਦੇ ਵਿਰੋਧ ਦੇ ਵਿੱਚ ਆਪਾਂ ਖੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨਾਲ ਲਾਉਣ ਦਾ ਸਾਡਾ ਮੁੱਖ ਕਾਰਨ ਇਹ ਸੀ ਵੀ ਸਾਡੇ ਕੱਲ ਦੁਪਹਿਰ ਵੇਲੇ ਸਾਡੇ ਅਚਾਨਕ ਵਟਸਐਪ ਤੇ ਇੱਕ ਮੈਸੇਜ ਆਉਂਦਾ ਵੀ ਪਰਾਲੀ ਪ੍ਰਬੰਧਨ ਦੀ ਡਿਊਟੀਆਂ 'ਚ ਕੁਤਾਹੀ ਕਰ ਲਈ ਸਾਡੇ ਜ਼ਿਲ੍ਹੇ ਦੇ ਦੋ ਅਧਿਕਾਰੀ ਜਿਨ੍ਹਾਂ ਵਿੱਚ ਡਾਕਟਰ ਹਰਪਾਲ ਸਿੰਘ ਪੰਨੂ ਅਤੇ ਡਾਕਟਰ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੂੰ ਕੁਤਾਹੀ ਕਰਕੇ ਡਿਊਟੀ ਤੋਂ ਸਸਪੈਂਡ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਹੀ ਇੱਕ ਸਰਕਾਰ ਦਾ ਗਲਤ ਡਿਸੀਜਨ ਹੈ। ਕੋਈ ਇਸ ਬਾਰੇ ਕੋਈ ਇਨਕੁਆਇਰੀ ਨਹੀਂ ਕੀਤੀ ਗਈ ਕਿਸੇ ਥਰੜੇ ਅਧਿਕਾਰੀ ਤੋਂ ਕੋਈ ਐਸਟੀਐਮ ਡੀਸੀ ਤੋਂ ਕਿਸੇ ਰਿਪੋਰਟ ਨਹੀਂ ਲਈ ਗਈ ਸਿਰਫ ਆਪਣਾ ਪੱਖ ਬਚਾਉਣ ਦੇ ਲਈ ਉਹਨਾਂ ਨੇ ਇਹ ਸਾਡੇ ਜਿਹੜੇ ਦੋ ਇਮਾਨਦਾਰ ਅਧਿਕਾਰੀ ਜਿਨ੍ਹਾਂ ਬਾਰੇ ਕਿ ਤੁਸੀਂ ਅੱਜ ਸੋਸ਼ਲ ਮੀਡੀਆ ਜਾਂ ਕਿਸੇ ਪਲੇਟਫਾਰਮ 'ਤੇ ਪਤਾ ਕਰ ਲਓ ਲੋਕੀ ਕਿਸਾਨ ਇਹਦੀ ਔਰ ਜ਼ੋਰ ਨਿੰਦਾ ਕਰ ਰਹੇ ਆ ਵੀ ਇਹ ਅਧਿਕਾਰੀਆਂ ਨੂੰ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਬਿਨਾਂ ਕਿਸੇ ਗੱਲ ਤੋਂ ਸਰਕਾਰ ਨੂੰ ਆਪਣਾ ਪੱਖ ਬਚਾਉਣ ਦੇ ਲਈ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕੀ ਚਾਹੁੰਦੇ ਤੁਸੀਂ ਕਿਉਂ ਸਰ? ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਜਿਹੜਾ ਖੇਤੀਬਾੜੀ ਮਹਿਕਮਾ ਵਾ ਇਹ ਕਿਸਾਨਾਂ ਨਾਲ ਜੁੜਿਆ ਮਹਿਕਮਾ ਵਾ, ਇਹ ਕਿਸਾਨਾਂ ਦੇ ਲਈ ਕੰਮ ਕਰਦਾ। ਜੋ ਸਰਕਾਰ ਚਾਹੁੰਦੀ ਆ ਵੀ ਅਸੀਂ ਜਾ ਕੇ ਕਿਸਾਨਾਂ ਦੇ ਪਰਚੇ ਕਰੀਏ ਜਾਂ ਉਹਨਾਂ ਨੂੰ ਉਹਨਾਂ ਦੀਆਂ ਰੈੱਡ ਐਂਟਰੀਆਂ ਕਰਾਈਏ, ਸਾਡਾ ਕੰਮ ਇਹ ਨਹੀਂ। ਇਨਫੋਰਸਮੈਂਟ ਕੰਮ ਖੇਤੀਬਾੜੀ ਮਹਿਕਮੇ ਦਾ ਨਹੀਂ, ਖੇਤੀਬਾੜੀ ਮਹਿਕਮੇ ਦਾ ਕੰਮ ਐਕਸਟੈਂਸ਼ਨ ਦਾ ਵਾ। ਅਸੀਂ ਇਹੋ ਹੀ ਸਰਕਾਰ ਨੂੰ ਅਪੀਲ ਕਰਦੇ ਵੀ ਜਿਹੜਾ ਤੁਸੀਂ ਇਹ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਵਾ ਤੁਰੰਤ ਇਸ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੇ ਸਾਡੇ ਅਧਿਕਾਰੀ ਇਹਨਾਂ ਨੂੰ ਬਹਾਲ ਕੀਤਾ ਜਾਵੇ। ਇਹ ਸਾਡੀ ਮੇਨ ਅਤੇ ਪਰਜੋਰ ਮੰਗ ਆ ਵੀ ਸਾਨੂੰ ਰਿਵਾਰਡ ਦਿੱਤਾ ਗਿਆ ਕੰਮ ਕਰਨ ਦਾ। ਜੋ ਵੀ ਅਸੀਂ ਕੰਮ ਕੀਤਾ ਵਾ ਸਰਕਾਰ ਨੇ ਪਤਾ ਨਹੀਂ ਉਹਦੇ ਬਾਰੇ ਕੀ ਸੋਚਿਆ ਵੀ ਇਹ ਚੰਗਾ ਕੀਤਾ ਕਿ ਮਾੜਾ ਕੀਤਾ ਵਾ, ਇਹਨਾਂ ਨੇ ਸਾਨੂੰ ਰਿਵਾਰਡ ਦਿੱਤਾ ਵਾ। ਅਤੇ ਮੇਰੇ ਹਿਸਾਬ ਨਾਲ ਜਿਹੜੇ ਹੋਰ ਅਧਿਕਾਰੀ ਜਾਂ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਮਹਿਕਮੇ 'ਚ ਉਹਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਵੀ ਕਿਹੋ ਜਿਹਾ ਕੰਮ ਕਰਨਾ ਚਾਹੀਦਾ, ਜਿਹੋ ਜਿਹੇ ਸਰਕਾਰ ਚਾਹੁੰਦੀ ਆ ਉਹੋ ਜਿਹੇ ਕੰਮ ਕਰਨੇ ਚਾਹੀਦੇ ਆ। ਇਹ ਸਰਕਾਰ ਕਿਸ ਤਰ੍ਹਾਂ ਦੀ ਸਾਬਤ ਹੋ ਰਹੀ ਆ ਲੋਕਾਂ ਵਾਸਤੇ ਜਾਂ ਕਰਮਚਾਰੀਆਂ ਲਈ? ਵੇਖੋ ਜੀ, ਕਰਮਚਾਰੀਆਂ ਲਈ ਤਾਂ ਬਿਲਕੁਲ ਜਿਹੜੀ ਆ ਸਰਕਾਰ ਜਿਹੜੀ ਆਪ ਉਧਰੇ ਫੈਸਲੇ ਲੈ ਰਹੀ ਆ, ਇਹਨਾਂ ਨੇ ਗਰਾਊਂਡ ਲੈਵਲ 'ਤੇ ਕੁਛ ਵੇਖ ਨਹੀਂ ਰਹੇ। ਮੈਂ ਸਰਕਾਰ ਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ ਵੀ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਮੈਂ ਦਾਅਵੇ ਨਾਲ ਕਹਿੰਦਾ ਵਾਂ ਪਿਛਲੇ ਸਾਲਾਂ ਨਾਲੋਂ ਸਾਡੇ ਜਿਹੜੇ 30% ਤੋਂ ਜਿਹੜੇ ਆ ਸਪੋਰਟਸ ਘੱਟ ਆਉਣੇ, ਬਰਨਿੰਗ ਸਪੋਰਟਸ, ਇਹ ਸਾਡੀ ਜਿਹੜੀ ਆ ਜਿਹੜੇ ਸਾਡੇ ਗਰਾਊਂਡ 'ਤੇ ਜਿਹੜੇ ਮੁਲਾਜ਼ਮ ਆ ਵਰਕਰ ਆ ਉਹਨਾਂ ਦੀ ਮਿਹਨਤ ਸਦਕਾ ਹੀ ਆ। ਜੋ ਵੀ ਅਸੀਂ ਦਿਨ ਰਾਤ ਅਸੀਂ ਸ਼ਨੀ ਐਤਵਾਰ ਵੀ ਲਾਏ ਨੇ, ਦਿਵਾਲੀ ਵਾਲੇ ਦਿਨ ਵੀ ਅਸੀਂ ਫੀਲਡ ਸੀਗੇ, ਉਹਦਾ ਜਿਹੜਾ ਵਾ ਸਾਨੂੰ ਜਿਹੜਾ ਰਿਵਾਰਡ ਦਿੱਤਾ ਗਿਆ ਵਾ, ਚਲੋ ਅਸੀਂ ਇਹ ਪ੍ਰਵਾਨ ਕਰਦੇ ਹਾਂ ਅਤੇ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਵੀ ਜੋ ਇਹਨਾਂ ਕੀਤਾ ਸਾਡੇ ਨਾਲ, ਪਤਾ ਨਹੀਂ ਕੀ ਸੋਚ ਕੇ ਕੀਤਾ ਹੋਊਗਾ। ਬੜਾ ਵਧੀਆ ਤੁਹਾਨੂੰ ਸਨਮਾਨ ਕਰ ਰਹੇ ਆ, ਸੇਵਾਵਾਂ ਜਿਹੜੀਆਂ ਵਾ ਚੰਗੀਆਂ ਸੇਵਾਵਾਂ ਦਾ ਤੁਹਾਨੂੰ ਦੱਸ ਰਹੇ ਆ, ਉਸ ਤੋਂ ਬਾਅਦ ਤੁਹਾਨੂੰ ਇੱਕਦਮ ਜਿਹੜਾ ਵਾ ਇਹ ਸਸਪੈਂਡ ਕਰਨ ਦਾ ਜਿਹੜਾ ਫੈਸਲਾ? ਵੇਖੋ ਜਿਹੜਾ ਇਹ ਦਰਦ 'ਤੇ ਝਲਕਦਾ ਹੀ ਆ ਨਾ ਜੀ, ਕੰਮ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਦਰਦ 'ਤੇ ਜਿਹੜਾ ਉਹਦਾ ਝਲਕਣਾ ਹੀ ਆ ਜੀ। ਇਹ ਸਰਕਾਰ ਨੂੰ ਮੈਂ ਤਾਂ ਕੋਈ ਬੇਨਤੀ ਕਰੂੰਗਾ ਵੀ ਆਪਣੀਆਂ ਜਿਹੜੀਆਂ ਨੀਤੀਆਂ ਵਾ ਉਹਦੇ 'ਤੇ ਫਿਰ ਵਿਚਾਰ ਕਰਨ
की सोच समझ के करते हैं। जो भी काम है जो खेतीबाड़ी महकमे का काम है इन्हों का प्रचार का काम है ना कि एनफोर्समेंट का। एनफोर्समेंट का काम क्योंकि जेडे इंडस्ट्री आ कभी वेख्या जे 60% जेडे पोल्यूशन इंडस्ट्री तो होंगे है। कोई एस डी ओ जो पोल्यूशन वाला कोई सस्पेंड किया हो कचरे के ढेर लगे होंगे आ कोई कमेटी वाला बंदा कितने सस्पेंड किया हो तो सानू ये नहीं पता भी ये साढ़े तो इन्होंने की सोच के मंत्री साहब ने की सोचा वा की किया वा जे साढ़े तो जे इन्होंने धन्यवाद। हाँ जी मेरा नाम रणजीत सिंह आ मैं दफ्तर खेतीबाड़ी बिलोंग करदा चोला साहब तो सब इंस्पैक्टर की मेरी पोस्ट आ। जो भी आ खबर सुनी है ये बहुत ही मंदभागी हैगी है। जीरो ग्राउंड से साढ़े अफसर जड़े आ वो मतलब काम कर रहे ने बहुत मेहनत दे नाल सबूत है आ फोटो जा रही मंत्री साहब नूं भी फोटो जा रही वीडियो क्लिप्स जा रहे आ और ये नहीं भाई कोई जबानी कलामी कोई कागजी पत्री काम हो रहा बिल्कुल जीरो ग्राउंड से हो रहा आ। भावें कि स्टबल बर्निंग का काम इन्हों का नहीं है एक्सटेंशन का आ साइंटिफिकली काम हैगा आ फिर भी अपने सरकार के हुक्मों के मुताबिक काम हो रहा वा इस तो भी वध हो रहा वा दिन रात एक किया होया वा होर की चाहिए सी हूँ क्रैडिट की मिले सस्पेंशन ऑर्डर यह किहो जी गल हुई भला दसो ये कोई इंसाफ हैगा आ। आओ ग्राउंड लैवल से जिमीदार मिलाने फील्ड का दौरा करवा दें काम बहुत वधिया हो रहा है। बाकी दो बहुत ही उच्च अधिकारी बहुत ही हरमन योग जिन्होंने एक पासे सरकार पहला क्रैडिट दे रही है अगले दिन ही मतलब यहोजे सस्पेंशन आर्डर दे रही है। हाँ जी काम करने का क्रैडिट आ रहा तो बाद नैगेटिविटी आ ये सोचना चाहिए सरकार को यह मुतली दे आर्डर तुरंत ही रद्द करने चाहिए आ। होर को सर रिस्क नूं कवर करना पैना कई क्योंकि कई थावां ते किसान वीर ये प्रोटेस्ट करते जां साडे नोट्स च लिआउंदे आ कि उन्हां दे खेतां दे विच सुंडी पै गई नवीं तकनीक नूं अपनाउण नाल क्योंकि तकनीक अपनाउण दे विच कई वारी मुतली दे आर्डर होए आ सरकार दा नादरशाही फरमान आ इहदे नाल बाकियां नूं वी ठेस पहुंची आ उहदे बारे तुसीं की कहणा। बिल्कुल पहुंची आ क्योंकि शायद मैं ड्यूटी नूं वध मिशन दे तौर ते कम कर रिहा हां कि 2004 तों जदों मैं इत्थे पोस्टिंग मेरी एज ए एडी होई सी तो उदों भी जीरो ड्रिल दे नाल अहीं चाहे सठी मूंगी वड्डां दे विच केरनी ही चाहे वह कणक की बिजाई करनी ही उस तो बाद मैनू ही मौका मिलिया 2007 दे विच जो नवां जिला बनिया हैप्पी सीडर इत्थे चलाउण दा दे साथी अधिकारियों दे नाल तो उदों तो साडी इह काम निरंतर चल रहा ही जिंदे विच साडे वख वख मशीन किसान वीर ने लिया देखो ये सरकार ने डिसाइड करना वा कि वह किन्ना चिर यह धरना चलाना चाहती है। बाकी इन्दे नाल मनू दुख यह होया कि किसान वीर अज भी फोन करके डीक कर रहे ने उन्होंने सुपर सीडर चलाने हैप्पी सीडर चलाने ने पर सानू जिन्हां दे कोलों ही वख नहीं होना चाहते उत्थे सानू वख कर दिता सरकार ने आप ही ये जिहड़ियां जो भी कारवाइयां करना चाहती सरकार नू चाहिए ही जदों सीजन लंघ जाता। मैनू नहीं लगता चंगी है किसान वीरां नू पुछण जिहड़े को 9 मास का साडा रिश्ता वा उन्हां ते ही चाहुंदे परचे कर दो तो उन्हां नू ही एक बन्ने आपां चाहुंदे आ भी बचाउणा वी।